ਚਲੋ ਚਲੋ ਬਸ ਐਂ ਪਰੇ ਰਹਿ ਜਾਓ ਨਾ ਦਸਾਂ ਪਾਤਸ਼ਾਹ ਨੇ ਜੀ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਦਾ ਧਿਆਨ ਧਰ ਕੇ ਸਾਧ ਸੰਗਤ ਬੋਲੋ ਜੀ ਸ੍ਰੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਿੰਘ ਦੇ 40 ਮੁਕਤੇ ਹੱਥਾਂ ਦੇ ਤੋਂ ਤੱਕ ਜਿਨ੍ਹਾਂ ਨੇ ਨਾਮ ਜਪਿਆ ਵੰਦ ਸ੍ਰੀ ਆਪਣੇ ਪੰਥ ਦੇ ਸਦਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਦੇ ਕਾਲ ਗੁਰੂ ਨੇ ਉਹ ਕਹਿਣ ਦੀ ਉਹ ਆਸਰਿਆਂ ਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਧਰ ਪਾਤਸ਼ਾਹ ਜੀ ਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚ ਅਰਦਾਸ ਕਰਨੀ ਹਜੇ ਹੱਥੇ ਦੇ ਕਰਕੇ ਸਮਾਹੀ ਭੁੱਲ ਜਾਵੇ ਨਾਨਕ ਆਪਣੇ ਚਰਨਾਂ ਕਮਲਾਂ ਦੇ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਸਾਥ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਰੱਖਣਾ ਇਸ ਟਾਈਮ ਕਿਰਪਾ ਕਰੋ ਪੰਜ ਪੌੜੀ
ਗਾਰ ਸਾਵਧਾਨ ਗਾਰ ਸਲਾਮੀ ਛੱਤ ਗਾਰ ਕੰਧੇ ਛੱਤ ਗਾਰ ਬਾਜੂ ਛੱਤ ਤੁਹਾਨੂੰ ਹਰਦੇਵ ਸਿੰਘ ਦੇ ਸਕਦੀ ਆਪਾਂ ਜੋ ਵੀ ਜਿੰਨੀ ਵੀ ਸਹਾਇਤਾ ਹੋ ਸਕੀ ਤੁਹਾਡੀ ਕਰਾਂਗੇ, ਸਾਡਾ ਬੱਚਾ ਵੀ ਭਰਤੀ ਕਰਾਂਗੇ, ਅਸੀਂ ਤੁਹਾਡੇ ਹਰ ਵੇਲੇ ਨਾਲ ਮਹਿਕਮਾ। ਠੀਕ ਹੈ ਜੀ। ਮੌਤ ਹੋਈ ਹੈ ਐਕਸੀਡੈਂਟ ਦੇ ਵਿੱਚ, ਸਨਮਾਨ ਦੇ ਨਾਲ ਉਹਨਾਂ ਅੰਤਿਮ ਸੰਸਕਾਰ ਕੀਤਾ ਗਿਆ, ਕੀ ਕਹੋਗੇ? ਅਸੀਂ ਠੀਕ ਹੀ ਕਹਾਂਗੇ, ਜਿਹੜਾ ਕੁਛ ਹੋਣਾ ਸੀ ਬਸ ਹੋ ਗਿਆ, ਹੁਣ ਅਸੀਂ ਕੀ ਕਹਿਣਾ। ਪ੍ਰਸ਼ਾਸਨ ਵੱਲੋਂ ਕਿੱਦਾਂ ਦਾ ਭਰੋਸਾ ਦਿੱਤਾ ਗਿਆ? ਪ੍ਰਸ਼ਾਸਨ ਵੱਲੋਂ ਤਾਂ ਕਹਿ ਰਹੇ ਆ ਵੀ ਅਸੀਂ ਮਦਦ ਕਰਾਂਗੇ, ਹੈਲਪ ਕਰਾਂਗੇ, ਗਾਂ ਹੁਣ ਦੇਖੋ ਭਰਤੀ ਵੀ ਕਰਾਂਗੇ ਬੱਚਾ। ਕਦੋਂ ਭਰਤੀ ਹੋਈ ਸੀ ਇਹਨਾਂ ਦੀ, ਹਰਦੇਵ ਜੀ ਦੀ? ਇਹ ਸੀਗੇ 97 ਦੇ। ਕਿਸ ਤਰ੍ਹਾਂ ਰਹੀ ਨੌਕਰੀ? ਨੌਕਰੀ ਬਹੁਤ ਵਧੀਆ ਰਹੀ ਇਹਨਾਂ ਦੀ, ਇੱਕ ਵੀ ਐਬਸੈਂਟ ਨਹੀਂ ਸੀਗੀ, ਬਹੁਤ ਵਧੀਆ ਸੀ, ਬਹੁਤ ਜ਼ਿਆਦਾ ਵਧੀਆ ਸੀ, ਥੋੜ੍ਹਾ ਵਧੀਆ ਨਹੀਂ ਸੀ। ਇਸ ਤਰ੍ਹਾਂ ਸੜਕ ਹਾਦਸੇ ਦੇ ਵਿੱਚ ਦੁਨੀਆਂ 'ਚੋਂ ਚਲੇ ਜਾਣਾ, ਹਾਂ ਉਹ ਤਾਂ ਫਿਰ ਹੁਣ ਸਾਨੂੰ ਹੀ ਪਤਾ, ਸਾਡਾ ਦਿਲ ਹੀ ਪੁੱਛਿਆ ਜਾਣ ਦਾ। ਕਿੰਨੇ ਬੱਚੇ ਸੀ ਹਰਦੇਵ? ਇੱਕ ਹੀ ਬੇਟਾ ਸਾਡੇ 25 ਸਾਲ ਦਾ। ਸਰਕਾਰ ਤੋਂ ਕੀ ਉਮੀਦ ਕਰਦੇ ਹੋ? ਕਿਸ ਤਰ੍ਹਾਂ ਅਸੀਂ ਤਾਂ ਉਮੀਦ ਕਰਦੇ ਹਾਂ ਵੀ ਸਾਡੇ ਬੇਟੇ ਨੂੰ ਨੌਕਰੀ ਵੀ ਮਿਲੇ, ਸਾਡਾ ਬੱਚਾ ਚਲੋ ਹੁਣ ਉਹ ਤਾਂ ਹੁਣ ਚਲੇ ਗਏ, ਸਾਡਾ ਬੱਚਾ ਕਿਸੇ ਵੇਲੇ ਲੱਗੇ ਜੀ। ਹਾਂਜੀ, ਇੱਕ ਡਰਾਈਵਰ ਸੀ ਗੁਰਪ੍ਰੀਤ ਸਿੰਘ, ਉਹਦੀ ਡੈਥ ਹੋਈ ਜੀ। ਹਰਦੇਵ ਸਿੰਘ ਦੇ ਅੰਤਿਮ ਸੰਸਕਾਰ 'ਤੇ ਪਹੁੰਚੇ ਕੀ ਕਹੋਗੇ ਸਰ? ਹਾਂਜੀ, ਅੱਜ ਉਹਦੇ ਸੰਸਕਾਰ 'ਤੇ ਆਏ ਸੀਗੇ ਜੀ, ਜੋ ਵੀ ਬਣਦੀ ਸਹਾਇਤਾ ਸਰਕਾਰ ਵੱਲੋਂ ਉਹਨੂੰ ਮੁਹੱਈਆ ਕੀਤੀ ਜਾਵੇਗੀ, ਐਜੂਕੇਸ਼ਨ ਮੁਤਾਬਕ ਉਹਨਾਂ ਦਾ ਬੱਚਾ ਭਰਤੀ ਕੀਤਾ ਜਾਵੇਗਾ ਜੀ।